ਪੰਜਾਬ ਸਰਕਾਰ ਅੱਜ ਸਰਕਾਰੀ ਰੇਤਾ ਵੇਚਣ ਜਾ ਰਹੀ ਹੈ 28 ਰੁਪਏ ਫੁੱਟ ਰੇਤਾ ਤੇ 30 ਰੁਪਏ ਫੁੱਟ ਬਜਰੀ ਦਾ ਕਿਹਾ ਸਰਕਾਰ ਨੇ ਕਿ ਇਹਦੇ ਨਾਲ ਕਰਪਸ਼ਨ ਦੂਰ ਹੋ ਜਾਊਗੀ ਜਿਹੜੇ ਮਾਫੀਆ ਹੈ ਉਹ ਖਤਮ ਹੋ ਜਾਣਗੇ ਉਹ ਜਿਹੜੇ ਬੰਦੇ ਫੜੇ ਜਾਣਗੇ ਟਰਾਲੇ ਉਹਨੂੰ 2 ਲੱਖ ਰੁਪਿਆ ਦੰਡ ਪਏਗਾ ਜਿਹੜਾ ਨਜਾਇਜ਼ ਮਾਈਨਿੰਗ ਕਰਨਗੇ ਦੇਖੋ ਬੰਦਾਰ ਦੀ ਸਰਕਾਰ ਹੈ ਕੁਝ ਨਹੀਂ ਪਹਿਲਾਂ ਇਹਨਾਂ ਨੇ ਕਿਹਾ ਸੀ ਰੰਗਲਾ ਪੰਜਾਬ ਬਣਾਵਾਂਗੇ ਅੱਜ ਜਿਹੜਾ ਪੰਜਾਬ ਬਣਾਤਾ ਤੁਸੀਂ ਉਹਦੇ ਹਾਲਾਤ ਦੇਖ ਰਹੇ ਹੋ ਦਿਨ ਦਿਹਾੜੇ ਲੋਕਾਂ ਨੂੰ ਚੁੱਕਿਆ ਜਾ ਰਿਹਾ ਮਾਰਿਆ ਜਾ ਰਿਹਾ ਫਰੋਤੀਆਂ ਮੰਗੀਆਂ ਜਾ ਰਹੀਆਂ ਆਮ ਛੋਟੇ ਦੁਕਾਨਦਾਰਾਂ ਤੋਂ ਵੀ ਫਰੋਤੀਆਂ ਮੰਗੀਆਂ ਜਾ ਰਹੀਆਂ ਜੀ ਇਹਨਾਂ ਨੇ ਕਿਹਾ ਸੀ ਯੂੰ ਹੀ ਹਮ ਤੋਂ 56,000 ਕਰੋੜ ਰੁਪਇਆ ਕਰਪਸ਼ਨ ਸੇ ਬਚਾ ਲੇਂਗੇ ਜੀ ਉਹ 56,000 ਕਰੋੜ ਰੁਪਇਆ ਇਹਨਾਂ ਨੇ ਕਿਹਾ ਸੀ 20,000 ਕਰੋੜ ਰੁਪਇਆ ਕੱਲਾ ਮਾਈਨਿੰਗ ਚੋਂ ਅਸੀਂ ਬਚਾ ਲਿਆਂਗੇ ਅੱਜ 9 ਮਹੀਨੇ ਹੋ ਗਏ 20,000 ਕਰੋੜ ਤਾਂ ਨਹੀਂ ਆਇਆ ਲੇਕਿਨ ਜਿਹੜਾ ਰੇਟਾ ਹੈ ਉਹ ਮਿਲ ਹੀ ਨਹੀਂ ਰਿਹਾ ਕਿਸੇ ਭਾਅ ਨਹੀਂ ਮਿਲ ਰਿਹਾ ਅੱਜ ਸਰਕਾਰੀ ਮਾਈਨਿੰਗ ਸ਼ੁਰੂ ਹੋਈ ਹੈ ਸਾਡੇ ਸਮੇਂ 5 ਰੁਪਏ ਅਸੀਂ ਜਿਹੜਾ ਕਿਊਬਿਕ ਫੁੱਟ ਦਾ ਰੇਟ ਕਰਦਾ ਸੀਗਾ ਹਾਲਾਂਕਿ ਅਸੀਂ ਵੀ ਉਹਨਾਂ ਸਸਤਾ ਰੇਟ ਦੇ ਨਹੀਂ ਸਕੇ ਕਿਉਂਕਿ ਰੇਤੇ ਦੀ ਜਿਹੜੀ ਇਹ ਸਿਲਸਿਲਾ ਹੈ ਅੱਜ ਦਾ ਨਹੀਂ ਹੈ ਇਹ ਅਕਾਲੀ ਦਲ ਦੇ ਵੇਲੇ ਦਾ ਸ਼ੁਰੂ ਹੋਇਆ ਸੀ ਮੈਨੂੰ ਯਾਦ ਹੈ ਮੈਂ ਛੋਟਾ ਜਿਹਾ ਹੁੰਦਾ ਸੀ ਰੇਤਾ ਮੁਫ਼ਤ ਮਿਲਦਾ ਹੁੰਦਾ ਸੀ ਮੈਂ ਆਪਦੀ ਕੋਠੀ ਪਾਈ ਤੇ ਟਰਾਲੀ ਲੈ ਜਾਂਦੇ ਸੀ ਉੱਥੇ ਪੀਪਿਆਂ ਨਾਲ ਲੋਕ ਟਰਾਲੀ ਭਰ ਦਿੰਦੇ ਸੀ ਤੇ 1100 ਰੁਪਇਆ ਦੇ ਕੇ ਉਹਨਾਂ ਨੂੰ ਲੇਬਰ ਦੇ ਕੇ ਤੇ ਮਿੱਟੀ ਟਰਾਲੀ ਆ ਜਾਂਦੀ ਸੀ ਵੱਡਾ ਉਹ ਨਹੀਂ ਟਰੱਕ 1100 ਰੁਪਏ ਦਾ ਵੱਡਾ ਟਰੱਕ ਆਉਂਦਾ ਹੁੰਦਾ ਸੀ ਇਹ ਮੈਂ ਗੱਲ ਕਰ ਰਿਹਾ 2005 ਤੇ 2006 ਦੀ ਉਸ ਤੋਂ ਬਾਅਦ ਇਹ ਗੱਲ ਆ ਗਈ ਅਕਾਲੀ ਦਲ ਦੇ ਹੱਥ ਵਿੱਚ ਉਹਨਾਂ ਨੇ ਮਾਫੀਆ ਪੈਦਾ ਕਰਤਾ ਉਹਨਾਂ ਨੂੰ ਇਹ ਸਮਝ ਆ ਗਈ ਕਿ ਕਿੱਦਾਂ ਇਹਨੂੰ ਚਲਾਉਣਾ ਉਹਨਾਂ ਨੇ ਪੂਰਾ ਸਿਸਟਮ ਕੈਪਚਰ ਕਰਕੇ ਤੇ ਚੰਦ ਬੰਦੇ ਦੇ ਹੱਥ ਵਿੱਚ ਪਹੁੰਚਾਤਾ ਉਹਨਾਂ ਨੇ ਫਿਰ ਖੂਬ ਇਹਦੀ ਪ੍ਰੋਡਕਸ਼ਨ ਕੀਤੀ ਮਾਈਨਿੰਗ ਕੀਤੀ ਦਬ ਦਬ ਕੇ ਅੱਜ ਜਿਹੜੇ ਹਾਲਾਤ ਹੋਏ ਹੋਏ ਆ ਵੱਡੇ ਵੱਡੇ ਟੋਏ 80-80 ਫੁੱਟ 100-100 ਫੁੱਟ ਦੇ ਪੱਟ ਕੇ ਉਹਨਾਂ ਨੇ ਫਿਰ ਉਹਨਾਂ ਨੇ ਜਾਗ ਲਾਤੀ ਪੂਰੇ ਪੰਜਾਬ ਦੇ ਵਿੱਚ ਕਿ ਮਾਈਨਿੰਗ ਇੱਕ ਐਸਾ ਯੰਤਰ ਹੈ ਜਿਹਦੇ ਨਾਲ ਤੁਸੀਂ ਮਲਟੀ ਮਿਲੀਅਨਰ ਹੋ ਸਕਦੇ ਹੋ ਪੈਸੇ ਬਣਾ ਸਕਦੇ ਇਹ ਜਾਗ ਅਕਾਲੀ ਦਲ ਬਾਦਲ ਨੇ ਲਾਈ ਜਿਹੜਾ ਅੱਜ ਟਵੀਟ ਕਰ ਰਹੇ ਸੁਖਬੀਰ ਸਿੰਘ ਮਾਫੀਆ ਦੇ ਅੰਡਰ ਇਹ ਮਾਫੀਆ ਪੈਦਾ ਹੋਇਆ ਤੇ ਫਿਰ ਇਸ ਮਾਫੀਆ ਦੇ ਚੰਦ ਜਿਹੜੇ ਉਹਦੇ ਕਲੋਜ਼ ਲੀਡਰ ਸੀਗੇ ਇਹ ਉਹ ਪੈਸਾ ਇਕੱਠਾ ਕਰਦੇ ਸੀ ਤੇ ਫਿਰ ਆਪਦੇ ਕੁਛ ਚਹੇਤਿਆਂ ਨੂੰ 5-5 ਲੱਖ ਰੁਪਇਆ 5 ਲੱਖ ਫਲਾਣੇ ਨੂੰ 5 ਲੱਖ ਫਲਾਣੇ ਨੂੰ ਇਹ ਦਿੰਦੇ ਸੀ ਤੇ ਪੋਲਿਟਿਕਸ ਚਲਾਉਂਦੇ ਸੀ ਇੱਥੋਂ ਜਾਗ ਲੱਗਦੀ ਉਹ ਸਾਡੇ ਵਾਲਿਆਂ ਨੂੰ ਵੀ ਜਾਗ ਲੱਗਦੀ ਲੇਕਿਨ ਸਾਡੇ ਰਾਜ ਦੇ ਵਿੱਚ ਜਿਹੜੀ ਇਹ ਖੱਡ 3 ਲੱਖ ਰੁਪਏ ਦੀ ਦਿੰਦੇ ਸੀ ਉਹ 3 ਕਰੋੜ ਦੀ ਹੋ ਗਈ ਉਹ ਆਕਸ਼ਨ ਹੋ ਗਈ ਪਰ ਉੱਥੇ ਵੀ ਮੈਂ ਸਮਝਦਾ 3 ਕਰੋੜ ਆਉਣ ਦੇ ਬਾਵਜੂਦ ਫਿਰ ਵੀ ਨਜਾਇਜ਼ ਮਾਈਨਿੰਗ ਚੱਲਦੀ ਰਹੀ ਬਹੁਤ ਲੋਕਾਂ ਨੇ ਇਹਦਾ ਗਲਤ ਇਸਤੇਮਾਲ ਕੀਤਾ ਲੇਕਿਨ ਰੇਤ ਸਸਤਾ ਨਹੀਂ ਹੋ ਸਕਿਆ ਜਿਹੜਾ ਕੰਜ਼ਿਊਮਰ ਸੀਗਾ ਪੂਰਾ ਤਾਂ ਕੰਜ਼ਿਊਮਰ ਕੱਢਿਆ ਗਿਆ ਚੰਗੀ ਤਰ੍ਹਾਂ ਉਹਨੂੰ ਕੱਢਿਆ ਗਿਆ ਉਹ ਕਿਸੇ ਨੇ ਬਾਤ ਨਹੀਂ ਪੁੱਛੀ ਮੈਂ ਇੱਕ ਵਾਰੀ ਵਿਧਾਨ ਸਭਾ ਚ ਕਿਹਾ ਸੀ ਖੜੇ ਹੋ ਕੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਚ ਕਿ ਰੇਤਾ 2005 ਦੇ ਵਿੱਚ ਮੁਫ਼ਤ ਮਿਲਦਾ ਹੁੰਦਾ ਸੀ ਮੈਂ ਜਿੰਨੀ ਜਾਗ ਦਾ ਉਦਾਹਰਣ ਹਾਂ ਲੇਬਰ ਵਾਲੇ ਨੂੰ ਲੇਬਰ ਮਿਲਦੀ ਸੀ ਪੋਕ ਲਾਈਨ ਬੰਦ ਕਰ ਦਿਓ ਜੇਸੀਬੀ ਬੰਦ ਕਰ ਦਿਓ ਕੋਈ ਮਸ਼ੀਨਰੀ ਨਹੀਂ ਚੱਲੇਗੀ ਲੇਬਰ ਨੂੰ ਕਹੋ ਵੀ ਪੱਟ ਕੇ ਜਿੰਨੀ ਜਿਹਨੂੰ ਜ਼ਰੂਰਤ ਆ ਉਹ ਆਪਦੀ ਲੇਬਰ ਲੈ ਜਾ ਕਰੇਗਾ ਤੇ ਪੱਟ ਕੇ ਲਿਆ ਕਰੇਗਾ ਜੇ ਤੁਸੀਂ ਵਾਸਤਵ ਦੇ ਵਿੱਚ ਮਾਈਨਿੰਗ ਮਾਫੀਆ ਹਟਾਉਣਾ ਚਾਹੁੰਦੇ ਹੋ ਤੇ ਰੇਤਾ ਸਸਤਾ ਕਰਨਾ ਇਹਦਾ ਇੱਕ ਹੀ ਹੱਲ ਹੈ ਇਹਦਾ ਹੱਲ ਹੈ ਨਾ ਤਾਂ 25 ਰੁਪਏ ਦਾ ਹੱਲ ਹੈ ਨਾ 2 ਲੱਖ ਰੁਪਇਆ ਕਿਸੇ ਨੂੰ ਜੁਰਮਾਨਾ ਪਾਉਣਾ ਇਹਦਾ ਹੱਲ ਹੈ ਨਾ ਇਹਦੀ ਚੋਰ ਬਜ਼ਾਰੀ ਰੁਕਣੀ ਹੈ ਇਹ ਰੇਤਾ ਤੁਸੀਂ ਮੁਫ਼ਤ ਕਰ ਦਿਓ ਇਹ ਜਿੱਥੇ ਸਰਕਾਰ ਦਾ ਰੇਤਾ ਪਿਆ ਕੋਈ ਵਿਅਕਤੀ ਉਹਨੂੰ ਆਪਦੀ ਲੇਬਰ ਲਾ ਕੇ ਆਪਦੀ ਟਰਾਂਸਪੋਰਟੇਸ਼ਨ ਲਾ ਕੇ ਕੋਈ 1000 ਤੇ ਟੱਕ ਲੈ ਜੇ ਕੋਈ 6000 ਤੇ ਲੈ ਜੇ ਉਹਨੂੰ ਰੇਤਾ ਮੁਫ਼ਤ ਮਿਲੇਗਾ ਜਿਹੜਾ 2005-06 ਚ ਮਿਲਦਾ ਹੁੰਦਾ ਸੀ ਹੁਣ ਇਹਨਾਂ ਨੇ ਕਿਹਾ ਜੀ ਅਸੀਂ 25 ਰੁਪਏ ਦਿਆ ਕਰਾਂਗੇ ਰੇਤਾ ਤਾਂ ਭਾਈ ਸਾਹਿਬ ਮਗਰਲੇ 9 ਮਹੀਨੇ ਲੋਕ ਰਾਜਸਥਾਨ ਤੇ ਹਿਮਾਚਲ ਤੋਂ ਲੈ ਕੇ ਆਏ ਹੈ ਇਹਨਾਂ ਨੂੰ ਕਿਸੇ ਚੀਜ਼ ਦਾ ਤਜੁਰਬਾ ਹੀ ਨਹੀਂ ਹੈ ਮੈਂ ਸਮਝਦਾ ਇਹ ਪੰਜਾਬ ਡਬੋਤਾ ਇਹਨਾਂ ਲੋਕਾਂ ਨੇ ਔਰ ਮਾਈਨਿੰਗ ਉੱਥੇ ਦੇ ਉੱਥੇ ਖੜੀ ਹੈ ਜੇ 6 ਰੁਪਏ ਦੇਣ ਵਾਲੇ ਨਹੀਂ ਪੂਰਾ ਉਤਰ ਸਕੇ ਤੇ ਇਹ ਇਸ ਭਾਅ ਰੇਤਾ ਦੇਖੇ ਕਿੱਦਾਂ ਲੋਕਾਂ ਨੂੰ 6500-7000 ਦੀ ਟਰਾਲੀ ਪੈਣੀ ਹੈ ਸੋ ਚਾਹੀਦਾ ਇਹ ਸੀਗਾ ਕਿ ਜਿਹੜਾ ਵਾਸਤਵ ਦੇ ਵਿੱਚ ਜਿਹਨੂੰ ਗਰੀਬ ਨੂੰ ਲੋੜ ਹੈ ਉਹਨੂੰ ਰੇਤਾ ਮੁਫ਼ਤ ਮਿਲਣਾ ਚਾਹੀਦਾ ਸੋ ਮੇਰੀ ਬੇਨਤੀ ਹੈ ਦੁਬਾਰਾ ਫਿਰ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਔਰ ਕਾਂਗਰਸ ਪਾਰਟੀ ਨਹੀਂ ਕਰ ਸਕੀ ਦੁਬਾਰੇ ਇਹਦੇ ਤੇ ਤਵੱਜੋ ਦਿਓ ਪੋਕਲੇਨ ਤੇ ਜੇਸੀਬੀ ਤੇ ਮਹਿਲ ਲਾਓ ਮਸ਼ੀਨਰੀ ਤੇ ਕਿਤੇ ਮਸ਼ੀਨਰੀ ਚੱਲਦੀ ਹੋਊਗੀ ਉਹਨੂੰ ਫੜ ਕੇ ਅੰਦਰ ਦੇਵਾਂਗੇ ਪਰਚਾ ਦੇਵਾਂਗੇ ਉਹਨੂੰ 5 ਸਾਲ ਦੀ ਸਜ਼ਾ ਹੋਏਗੀ ਲੇਬਰ ਬੈਠੇ ਨਦੀਆਂ ਤੇ ਟਰਾਲੀ ਚ ਬੰਦਾ ਆਪਦੀ ਲੇਬਰ ਲੈ ਕੇ ਜਾਏ ਉਹ ਲੇਬਰ ਨਾਲ ਪੀਪੇ ਨਾਲ ਜਿਹਨੂੰ 2 ਟਰਾਲੀਆਂ ਚਾਹੀਦੀਆਂ ਉਹ ਸ਼ਾਮ ਤੱਕ 2 ਟਰਾਲੀਆਂ ਭਰ ਲਿਆ ਕਰੂਗਾ ਜਿਹਨੂੰ ਅੱਜ ਟਰੱਕ ਚਾਹੀਦੇ ਉਹ ਆਪਦੀ ਅੱਖਾਂ ਦੀ ਲੇਬਰ ਲੈ ਕੇ ਜਾਏ ਅੱਜ ਟਰੱਕ ਭਰ ਕੇ ਲਿਆਵੇ ਫਾਲਤੂ ਰੇਤਾ ਨਿਕਲੇ ਹੀ ਨਾ ਇਹਦੇ ਨਾਲ ਸਾਡਾ ਇਨਵਾਇਰਮੈਂਟ ਵੀ ਠੀਕ ਰਹੇਗਾ ਕਿਉਂਕਿ ਵਾਟ ਇਨਵਾਇਰਮੈਂਟ ਸੇਜ਼ ਕਿ ਤੁਸੀਂ ਮਸ਼ੀਨਰੀ ਨਾ ਲਾਓ ਮਸ਼ੀਨਰੀ ਕਰੋਗੇ ਡਿੱਗ ਜਾਦੇ ਕਰੋਗੇ ਸੋ ਨਾਲੇ ਦਾ ਇਨਵਾਇਰਮੈਂਟ ਠੀਕ ਰਹੇਗਾ ਨਾਲੇ ਲੇਬਰ ਮਿਲੇਗੀ ਨਾਲੇ ਰੇਤ ਸਸਤਾ ਮਿਲੇਗਾ
जानकारी ना होनी बदलाव है नवा बदलाव है पीआरटीसी बेचारे बहुत चंगे लोग ने मैं इन्होंने वरत्या है इना प्यार करते ने हूं भी जे कि मिलता पीआरटीसी बस का ड्राइवर उड के नीचे उतर के मिलता है लेकिन असी क्योंकि देखो चार महीने से मैं इन्होंने तनखावा तो वधाई मैं कुछ ना कुछ इंतजाम किए लेकिन इन्होंने चार महीने च बंदे तो कुछ होंगे नहीं बहुत दिलदार लोग ने लेकिन इन्होंने गाने पूरी जोश न आम आदमी पार्टी लेके आए बेचारे लेकिन उन्होंने कीमत किसी ने नहीं पाई अज हड़ताल से बैठे ने अज रो रहे ने सो मेरी बेनती है सरकार को कृपा करके उन्होंने आवाज सुनो तो उन्होंने जोड़े काम कर चनी साहब पंजाब आ गए ने वेलकम टू चनी साहब साडे साबका मुख्यमंत्री जी हां जी चंगी गल है जी ये तो मिलना ही चाहिए भगवंतवा साहब कहंदे जो साइन राइट दुरुस्त है पहला आ जंदे होर चंगा हुंदा पर कोई गल वेलकम टू चनी मान साहब कहंदे जो साइन करके समझ नहीं आया कि लिख के की कुछ करके हम समझा देंगे आ गया चनी साहब जो मर्जी अज मैं दस देने इन्हों का रबता लाभ करा देंगे तो उन्होंने बिठा के जो दस्कत के बारे पूछना जो कोई गलत चनी साहब कि चले बेचारे भारत जोड़ यात्रा लैनगे सर चनी साहब दसनगे लेकिन कांग्रेस का हर बछिंदा कांग्रेस का हर वर्कर कांग्रेस का छोटे तो लेके वड्डा वर्कर राहुल गांधी की इस यात्रा के जरूर शामिल।